नौजवान जड़ा है कोल पहुंच गया, बुजुर्ग कोल पहुंच गए ने, समझा रहे ने कि आप जाओ। ये तस्वीर एक्सक्लूसिव आजाद टीवी ते साझा कर रहे हैं, पुलिस वाले समझा रहे ने। ओ तो तुहानू समझा रहे है, ਉਹ ਤਾਂ ਤੁਹਾਨੂੰ ਸਮਝਾ ਰਹੇ ਵਾਪਸ ਜਾਓ, ਉਹ ਤਾਂ ਕੁਛ ਕਰ ਨਹੀਂ ਰਹੇ ਪੁਲਿਸ ਵਾਲੇ। ਅਸੀਂ ਕਿਹੜਾ ਕਰਦੇ ਆ ਕੁਛ, ਅਸੀਂ ਕਿਹੜਾ ਕੁਛ ਕਰਦੇ ਆ, ਮੇਰੀ ਪੱਗ ਲਾਹੀ ਆ, ਪੱਗ ਨਹੀਂ ਲਾਹੀ ਮੇਰੀ। ਆ ਦੇਖ ਇੱਥੇ ਡਾਂਗ ਮਾਰੀ ਇੱਥੇ। ਅੱਛਾ ਕੁੱਟਿਆ ਪਹਿਲਾਂ ਤੁਹਾਨੂੰ? ਹਾਂ ਕੁੱਟਿਆ ਹੀ ਕਰਨੀ ਆ ਜੀ, ਅਸੀਂ ਵਾਦਾ ਕਰਾਂ ਸੀ, ਅਸੀਂ ਤਾਂ ਇੱਥੇ ਖੜੇ ਤੇ ਇਸ ਕਰਕੇ ਜਦੋਂ ਅਸੀਂ ਉਹਨੇ ਖੜਿਆ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ, ਮੇਰੀ ਉਹਨਾਂ ਨੇ ਪੱਗ ਲਾਹੀ ਲੈ ਲਿਆ। ਮੋਦੀ ਨੇ ਬਹੁਤ ਗਲਤ ਮੰਗਾ ਲੈ ਲਿਆ, ਦੁਬਾਰਾ ਚੈਲੰਜ ਕਰਿਆ ਕਿਸਾਨਾਂ ਨੂੰ। ਅਸੀਂ ਧੰਨਵਾਦ ਕਰਦੇ ਕਿ ਉਹਨਾਂ ਸਾਨੂੰ ਦੁਬਾਰਾ ਅੰਦੋਲਨ ਕਰਨ ਦਾ ਮੌਕਾ ਦਿੱਤਾ। ਹੱਕ ਮਾਰੇ ਜਾ ਰਹੇ, ਅਸੀਂ ਆਪਦੇ ਹੱਕਾਂ ਖਾਤਰ ਲੜ ਰਹੇ ਹਾਂ, ਜੇ ਕੋਈ ਸਾਡਾ ਕੋਈ ਗਲਤੀ ਹੈ ਤੁਸੀਂ ਸਾਥ ਦੱਸੋ, ਸਾਡੇ ਹੱਕ ਮਾਰੇ ਜਾਂਦੇ ਨੇ। ਨੌਜਵਾਨ ਐਗਰੈਸਿਵ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਤਸਵੀਰ ਹੈ। ਯਾਰ ਯਾਰ ਫਸਲ ਖਰਾਬ ਕਰਨ ਲੱਗੇ ਮੇਰੀ, ਉਹ ਇਹ ਤੁਹਾਡੀ ਹੈ, ਫਸਲ ਖਰਾਬ ਕਰਦੀ ਯਾਰ, ਇਹ ਤੁਹਾਡੀ ਪੈਲੀ ਹੈ? ਹਾਂ ਭਾਈ ਸਾਡੀ ਪੈਲੀ ਹੈ, ਸਾਰੀ ਫਸਲ ਖਰਾਬ ਕਰਦੀ ਯਾਰ। ਉਹ ਕਹਿੰਦੇ ਅਸੀਂ ਵਾਪਸ ਜਾ ਰਹੇ ਹਾਂ ਤੇ ਉਹ ਕਹਿੰਦੇ ਤੁਸੀਂ ਵਾਪਸ ਚੱਲ ਜਾਓ, ਫਸਲ ਦੇ ਬਾਹਰ ਹੋ ਜਾ ਭਾਈ, ਫਸਲ ਦੇ ਬਾਹਰ ਹੋ ਜਾ ਮੇਰੀ। ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਨੇ ਅੱਗੇ ਖੇਤਾਂ ਦੇ ਵਿੱਚ ਆਏ ਹੋਏ ਨੇ। ਪੁਲਿਸ ਜਿਹੜੀ ਹੈ ਉਹ ਸਮਝਾ ਰਹੀ ਹੈ ਕਿ ਤੁਸੀਂ ਪਿੱਛੇ ਨੂੰ ਜਾਓ, ਅੱਗੇ ਵੱਲ ਨਾ ਆਓ। ਤਾਂ ਖੇਤਾਂ ਦੇ ਵਿੱਚ ਪੁਲਿਸ ਦੀਆਂ ਆਫੀਸਰਸ ਦੀਆਂ ਜਿਹੜੀਆਂ ਗੱਡੀਆਂ ਵੀ ਆ ਰਹੀਆਂ ਨੇ, ਤੁਸੀਂ ਦੂਰ ਦੁਰਾਡੇ ਦੇਖ ਸਕਦੇ ਹੋ। ਨੌਜਵਾਨ ਜਿਹੜਾ ਕੋਲ ਪਹੁੰਚ ਗਿਆ, ਬਜ਼ੁਰਗ ਕੋਲ ਪਹੁੰਚ ਗਏ ਨੇ, ਸਮਝਾ ਰਹੇ ਨੇ ਕਿ ਆਪ ਜਾਓ, ਪਰ ਦੂਜੇ ਪਾਸੇ ਗੱਡੀਆਂ ਆ ਰਹੀਆਂ ਨੇ। ਇਹ ਤਸਵੀਰਾਂ ਐਕਸਕਲੂਸਿਵ ਆਜ਼ਾਦ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ। ਪੁਲਿਸ ਵਾਲੇ ਸਮਝਾ ਰਹੇ ਨੇ, ਕਹਿੰਦੇ ਬੜੀਆਂ ਤਸਵੀਰਾਂ ਹੋ ਜਾਂਦੀਆਂ ਨੇ ਜਦੋਂ ਦੇਖਦੇ ਹਾਂ, ਅੰਦਾਜ਼ਾ ਲਾ ਲੈਂਦੇ ਹਾਂ ਕਿ ਅਸੀਂ ਅਤਿਆਚਾਰ ਕਰ ਰਹੇ ਹਾਂ ਜਾਂ ਹੋਰ ਚੀਜ਼ਾਂ ਹੋ ਰਹੀਆਂ ਨੇ, ਪਰ ਕਈ ਇਹ ਵੀ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ। ਕਈ ਕਾਨੂੰਨ ਤੌਰ ਤੇ ਲਾ ਐਂਡ ਆਰਡਰ ਨੂੰ ਦੇਖਦੇ ਹੋਏ ਚੀਜ਼ਾਂ ਨੂੰ ਮੇਨਟੇਨ ਕਰਨਾ ਪੈਂਦਾ ਹੈ, ਤਾਂ ਉਹ ਚੀਜ਼ਾਂ ਦੇ ਮੱਦੇਨਜ਼ਰ ਇੱਥੇ ਪ੍ਰਸ਼ਾਸਨ ਜਿਹੜਾ ਖੜਾ ਹੋਇਆ ਸਮਝਾ ਰਿਹਾ। ਉਹ ਤਾਂ ਤੁਹਾਨੂੰ ਸਮਝਾ ਰਿਹਾ ਹੈ, ਉਹ ਤਾਂ ਤੁਹਾਨੂੰ ਸਮਝਾ ਰਿਹਾ ਵਾਪਸ ਜਾਓ, ਉਹ ਤਾਂ ਕੁਛ ਕਰ ਨਹੀਂ ਰਹੇ ਪੁਲਿਸ ਵਾਲੇ। ਅਸੀਂ ਕਿਹੜਾ ਕਰਦੇ ਆ ਕੁਛ, ਅਸੀਂ ਕਿਹੜਾ ਕੁਛ ਕਰਦੇ ਆ, ਮੇਰੀ ਪੱਗ ਲਾਹੀ ਆ, ਪੱਗ ਨਹੀਂ ਲਾਹੀ ਮੇਰੀ। ਆ ਦੇਖ ਇੱਥੇ ਡਾਂਗ ਮਾਰੀ ਇੱਥੇ। ਅੱਛਾ ਕੁੱਟਿਆ ਪਹਿਲਾਂ ਤੁਹਾਨੂੰ? ਹਾਂ ਕੁੱਟਿਆ ਹੀ ਕਰਨੀ ਆ ਜੀ, ਅਸੀਂ ਵਾਦਾ ਕਰਾਂ ਸੀ, ਮੁੰਡੇ ਭੱਜੇ ਨੇ, ਮੈਂ ਅਸੀਂ ਤਾਂ ਇੱਥੇ ਖੜੇ ਤੇ ਇਸ ਕਰਕੇ ਜਦੋਂ ਅਸੀਂ ਉਹਨੇ ਖੜਿਆ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ, ਮੇਰੀ ਇਹਨਾਂ ਨੇ ਪੱਗ ਲਾਹੀ ਆ। ਅੱਛਾ ਚਾਰ ਬੰਦੇ ਚਿੰਬੜੇ ਆ ਤੇ ਮੇਰੇ ਡਾਂਗ ਮਾਰੀ ਹੈ ਤੇ ਫੇਰ ਮੁੰਡੇ ਨੇ ਸਾਡਾ ਨੇ ਛਡਾਇਆ ਮੈਨੂੰ। ਉਹ ਤਾਂ ਪਿਆਰ ਨਾਲ ਪੰਗਾ ਲੈ ਲਿਆ, ਮੋਦੀ ਨੇ ਬਹੁਤ ਗਲਤ ਮੰਗਾ ਲੈ ਲਿਆ, ਦੁਬਾਰਾ ਚੈਲੰਜ ਕਰਿਆ ਕਿਸਾਨਾਂ ਨੂੰ। ਅਸੀਂ ਧੰਨਵਾਦ ਕਰਦੇ ਕਿ ਉਹਨਾਂ ਸਾਨੂੰ ਦੁਬਾਰਾ ਅੰਦੋਲਨ ਕਰਨ ਦਾ ਮੌਕਾ ਦਿੱਤਾ। ਅਸੀਂ ਇਸ ਗੱਲੋਂ ਇਹ ਗਲਤ ਪੰਗਾ ਲਿਆ ਕਿਸਾਨਾਂ ਨਾਲ, ਸਾਡੇ ਹੱਕ ਮਾਰੇ ਜਾ ਰਹੇ, ਅਸੀਂ ਆਪਦੇ ਹੱਕਾਂ ਖਾਤਰ ਲੜ ਰਹੇ ਹਾਂ, ਜੇ ਕੋਈ ਸਾਡਾ ਕੋਈ ਗਲਤੀ ਹੈ ਤੁਸੀਂ ਸਾਥ ਦੱਸੋ, ਸਾਡੇ ਹੱਕ ਮਾਰੇ ਜਾਂਦੇ ਨੇ, ਕਿਸਾਨ ਆਪਦਾ ਹੱਕ ਲੈ ਕੇ ਹੱਟਣਗੇ, ਸਾਨੂੰ ਪਤਾ ਜੇ ਸਾਡੇ ਭਰਾ। ਉਹ ਨੌਜਵਾਨ ਐਗਰੈਸਿਵ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤੁਹਾਨੂੰ ਕੀ ਲੱਗਦਾ? ਉਹ ਤਾਂ ਸਮਝਾ ਰਹੇ ਨੇ ਪਿਆਰ ਨਾਲ, ਪੁਲਿਸ ਸਮਝਾ ਨਹੀਂ ਰਹੀ। ਸਮਝਾ ਰਹੇ ਯਾਰ, ਫਸਲ ਖਰਾਬ ਕਰਨ ਲੱਗੇ ਮੇਰੀ, ਇਹ ਤੁਹਾਡੀ ਹੈ, ਫਸਲ ਖਰਾਬ ਕਰਦੀ ਯਾਰ, ਇਹ ਤੁਹਾਡੀ ਪੈਲੀ ਹੈ? ਹਾਂ ਭਾਈ ਸਾਡੀ ਪੈਲੀ ਹੈ, ਸਾਰੀ ਫਸਲ ਖਰਾਬ ਕਰਦੀ ਯਾਰ, ਕਿਆ ਕਰੇਗੀਆਂ ਸਰਕਾਰਾਂ, ਕਿਆ ਕਰੇਗੀ ਆਰਮੀ। ਉਹ ਕਹਿੰਦੇ ਅਸੀਂ ਵਾਪਸ ਜਾ ਰਹੇ ਹਾਂ ਤੇ ਉਹ ਕਹਿੰਦੇ ਤੁਸੀਂ ਵਾਪਸ ਚੱਲ ਜਾਓ, ਫਸਲ ਦੇ ਬਾਹਰ ਹੋ ਜਾਓ ਭਾਈ, ਫਸਲ ਦੇ ਬਾਹਰ ਹੋ ਜਾਓ ਮੇਰੀ ਤੇ। ਗੁਰੂ ਗੋਬਿੰਦ ਸਿੰਘ ਲਾ ਲੈ ਫਿਰ ਵੀ ਮੁੜੇ ਗਏ ਪਿੱਛੇ, ਖੇਤ ਦੇ ਬਾਹਰ ਹੋ ਜਾਓ ਮੇਰੇ ਨੇ। ਕਿਸਾਨ ਆਗੂ ਜੋ ਫੈਸਲਾ ਲੈਣਗੇ, ਹੁੱਲੜਬਾਜ਼ੀ ਕਰਕੇ ਆਪ ਤੋੜ ਲੈ। ਤਾਂ ਇਹ ਤਸਵੀਰ ਹੈ, ਇਹ ਬੜੀ ਵੱਖਰੀ ਤਸਵੀਰ ਹੈ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਖੇਤਾਂ ਦੇ ਵਿੱਚ ਪੁਲਿਸ ਖੜੀ ਹੋਈ ਹੈ ਤੇ ਉਹ ਕਹਿ ਰਹੇ ਨੇ ਕਿ ਪਿੱਛੇ ਚਲੇ ਜਾਓ, ਪਰ ਇਹ ਵੀ ਕਹਿ ਰਹੇ ਨੇ ਕਿ ਸਾਡੇ ਖੇਤ ਦੇ ਵਿੱਚੋਂ ਬਾਹਰ ਹੋ ਜਾਓ, ਸਾਡੀ ਪੈਲੀ ਖਰਾਬ ਨਾ ਕਰੋ। ਪਰ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀ